ਯੋ ਅਕਾਸ਼ਵਾਨੀ ਜਮੂ ਹੈ ਅਮੀਨਾਂ ਜਮ ਤੇ ਖਬਰ ਸੁਣੋ ਵਰ ਉਸਤੇ ਪਹਿਲਾਂ ਯਾ ਅਪੀਲ ਭਾਰਤ 150 ਕਰੋੜ ਕੋਵਿਡ ਮੁਖਾਲਫ ਟੀਕਾ ਕਰੇਗਾ ਹਦਫਾ ਲੈ ਪਾਸੇ ਅੱਗੇ ਵਧ ਰਿਹਾ ਹੈ ਵਰ ਇਸ ਕੇ ਨਾਲ ਹੀ ਕਰੋਨਾ ਕੀ ਇੱਕ ਨਵੀਂ ਕਿਸਮ ਕੋ ਖਤਰਾ ਵੀ ਮੰਡਲਾ ਰਿਹਾ ਹੈ ਇਸ ਸੂਰਤੇ ਹਾਲ ਮਾ ਸਾਮੀਨਾ ਚਾਹੀਏ ਜਿਵੇਂ ਤੋਲਾਂ ਤੇ ਤੋਲਾਂ ਕਰੋਨਾ ਮੁਖਾਲਫ ਟੀਕੋ ਲਵਾਵੇਂ ਔਰ ਕਰੋਨਾ ਵਾਇਰਸ ਨੇ ਬਚਨ ਦੀ ਖਾਤਰ ਜ਼ਰੂਰੀ ਹਦਾਇਤਾਂ ਵਰ ਅਮਲ ਕਰੇ ਜਿਨਮ ਦੋ ਗਜ਼ ਦੀ ਮਹਿਫੂਜ਼ ਦੂਰੀ ਬਰਕਰਾਰ ਰੱਖਣੋ ਸਫਾਈ ਕੋ ਖਾਸ ਖਿਆਲ ਰੱਖਣੋ ਤੇ ਮਾਸਕ ਕੋ ਇਸਤੇਮਾਲ ਕਰਨੋ ਸ਼ਾਮਲ ਹੈ ਕੋਵਿਡ ਵਬਾ ਕੇ ਮੁਤਲਕ ਕੋਈ ਸਲਾਹ ਲੈਣ ਵਾਸਤੇ ਨੰਬਰਾਂ ਵਰ ਫੋਨ ਕਰ ਗਏ ਜਾਣਕਾਰੀ ਹਾਸਲ ਕੀਤੀ ਜਾ ਸਕੇ ਨੰਬਰ ਇਸ ਤਰ੍ਹਾਂ ਹੈ 01123978046 ਤੇ 1075 ਤੇ ਹੁਣ ਖਬਰ ਲੈਫਟਨੈਂਟ ਗਵਰਨਰ ਮਨੋਜ ਸਿਨਾ ਨੇ ਕੱਲ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਦਾ ਇੱਕ ਪ੍ਰੋਗਰਾਮ ਐਡਾਪਟੇ ਪਾਰਕ ਯਾਨੀ ਇੱਕ ਪਾਰਕ ਗੋਦ ਲਿਓ ਗੋ ਇਫਤਤਾ ਕੀਓ ਪ੍ਰੋਗਰਾਮ ਦੀ ਮਦਦ ਨਾਲ ਮਕਾਮੀ ਲੋਕਾਂ ਤੇ ਬਹਿਬੂਦ ਦੀ ਤਨਜ਼ੀਮ ਨਾਲ ਆਪਣਾ ਗਵਾਂਡੀ ਪਾਰਕ ਸਾਫ਼ ਰੱਖਣ ਦਾ ਮੌਕਾ ਮਿਲੇਗਾ ਇਸ ਕਦਮ ਦੇ ਤਹਿਤ ਜੰਮੂ ਸ਼ਹਿਰ ਦਾ ਬਖਬਖ ਇਲਾਕਾ ਮਾ ਜ਼ਿੰਮੇਦਾਰ ਸ਼ਹਿਰੀਆਂ ਨੇ ਕੋਈ 17 ਪਾਰਕ ਪਹਿਲਾਂ ਹੀ ਗੋਦ ਲੈ ਲਈਆਂ ਹੈ ਤਕਰੀਬ ਮਾ ਆਪਣਾ ਖਿਆਲਤ ਗੁਜ਼ਾਰ ਕਰਤਾ ਮਾ ਲੈਫਟੀਨੈਂਟ ਗਵਰਨਰ ਨੇ ਲੋਕਾਂ ਦੇ ਨਾਲ ਨਾਲ ਕਾਰੋਬਾਰੀਆਂ ਔਰ ਦੂਜੀ ਤਨਜ਼ੀਮਾਂ ਨਾਲ ਕਿਉ ਜਿਵੇਂ ਆਪਣਾ ਗਵਾਂਡ ਮਾ ਇੱਕ ਪਾਰਕ ਗੋਚਨਾਉ ਕਰੇ ਤੇ ਉਸ ਨਾਲ ਸਾਫ ਸੁਥਰੋ ਬਣਾਵੇ ਉਹਨਾਂ ਨੇ ਕਿਹਾ ਜੀ ਸਾਫ ਸੁਥਰਾ ਪਾਰਕ ਬਰਕਰਾਰ ਰੱਖਣ ਦੀ ਖਾਤਰ ਲੋਕਾਂ ਦੀ ਹਿੱਸੇਦਾਰੀ ਜ਼ਰੂਰੀ ਹੈ ਵਾਦੇ ਕਸ਼ਮੀਰ ਦਾ ਸਿੰਨਗਰ ਮਾ ਅੱਜ ਸਵੇਰੇ ਹਫਾਸਤੀ ਦਸਤਾ ਨੇ ਇੱਕ ਮੁਖਤਸਰ ਟਾਕਰਾ ਮਾ ਇੱਕ ਦਹਿਸ਼ਤਗਰਦ ਨਾ ਹਲਾਕ ਕਰ ਦਿੱਤੋ ਇਹ ਤਸਾਦਮ ਹਾਰੂਨ ਦਾ ਦਾਰਬਾਗ ਧਾਰਾ ਇਲਾਕਾ ਮਾ ਪੇਸ਼ ਆਇਓ ਪੁਲਿਸ ਨੇ ਤਸਦੀਕ ਕੀਤੀ ਹੈ ਜੇ ਇਸ ਸਿਲਸਿਲੇ ਮਾ ਇੱਕ ਦਹਿਸ਼ਤਗਰਦ ਹਲਾਕ ਹੋ ਗਿਆ ਤਾਂ ਇਲਾਕਾ ਮਾ ਤਲਾਸ਼ੀ ਕਾਰਵਾਈ ਜਾਰੀ ਹੈ ਜੰਮੂ ਕਸ਼ਮੀਰ ਮਾ ਕੱਲ ਨੋਵਲ ਕੋਰੋਨਾ ਵਾਇਰਸ ਕੋਵਿਡ-19 ਦਾ 151 ਤਾਜ਼ਾ ਮਾਮਲਾ ਆਣ ਦੀ ਤਸਦੀਕ ਕੀਤੀ ਗਈ ਹੈ ਇਨ ਮਾਮਲਾ ਮਾ ਬਤਾਲੀ ਜੰਮੂ ਡਿਵੀਜ਼ਨ ਜਦ ਕਿ 109 ਮਾਮਲਾ ਕਸ਼ਮੀਰ ਸੂਬਾ ਤੇ ਬੰਦੇ ਆਣ ਦੀ ਰਿਪੋਰਟ ਹੈ ਇਨ ਸਜਰਾ ਮਾਮਲਾ ਦੀ ਵਜ੍ਹਾ ਨਾਲ ਜੰਮੂ ਕਸ਼ਮੀਰ ਮਾ ਕੁੱਲ ਮੁਸਬਤ ਮਾਮਲਾ ਦੀ ਤਾਦਾਦ 339691 ਹੋ ਗਈ ਹੈ ਇਸ ਸਿਲਸਿਲੇ ਮਾ ਜੰਮੂ ਡਿਵੀਜ਼ਨ ਤੇ ਇੱਕ ਕਰੋਨਾ ਕਸਰੀ ਦੀ ਮੌਤ ਹੋ ਜਾਣ ਦੀ ਵੀ ਰਿਪੋਰਟ ਹੈ ਇਸ ਤੋਂ ਇਲਾਵਾ 140 ਹੋਰ ਕੋਵਿਡ-19 ਮਰੀਜ਼ ਬਲ ਹੋ ਗਿਆ ਜਿਨ੍ਹਾਂ ਨੂੰ ਬਕਬਕਾ ਹਸਪਤਾਲਾਂ ਤੇ ਛੁੱਟੀ ਦੇ ਦਿੱਤੀ ਗਈ ਇਨ ਸੇਤਜਾਬ ਹੋਣ ਵਾਲਾ ਅਫਰਾਦਾਂ 45 ਜਮੂ ਖਿੱਤਾ ਜਦ ਕੇ 95 ਅਫਰਾਦ ਕਸ਼ਮੀਰ ਡਿਵੀਜ਼ਨ ਦਾ ਸ਼ਾਮਲੇ ਆਬਲ ਜ਼ਿਕਰ ਹੈ ਜੇ ਜਮੂ ਕਸ਼ਮੀਰ ਮਾ 349600 ਕਾਨੂੰ ਮਸਬਤ ਮਾਮਲਾ ਵਿੱਚੋਂ 1458 ਮਰੀਜ਼ ਜ਼ੇਰੇ ਇਲਾਜ ਤੇ ਇਨ ਜ਼ੇਰੇ ਇਲਾਜ ਮਰੀਜ਼ਾਂ ਮਾ 361 ਜਮੂ ਖਿੱਤਾ ਜਦ ਕੇ 100 1097 ਕਸ਼ਮੀਰ ਡਿਵੀਜ਼ਨ ਦਾ ਸ਼ਾਮਲ ਹੈ ਇਸ ਸਿਲਸਿਲੇ ਮਾ 3,33,722 ਮਰੀਜ਼ ਠੀਕ ਹੋ ਗਿਆ ਜਦਕਿ 4,511 ਕਰੋਨਾ ਕਸਰੀ ਵਫਾਤ ਪਾ ਗਿਆ ਜਿਨਮਾ 2,194 ਜੰਮੂ ਡਿਵੀਜ਼ਨ ਦਾ ਜਦਕਿ 2,317 ਕਸ਼ਮੀਰ ਡਿਵੀਜ਼ਨ ਦਾ ਹੁਣ ਦੀ ਰਿਪੋਰਟ ਹੈ ਮਰਕਜ਼ੀ ਵਜ਼ੀਰ ਮਮਲਕਤ ਡਾਕਟਰ ਜਤਿੰਦਰ ਸਿੰਘ ਨੇ ਕੱਲ ਜ਼ਿਲ੍ਹਾ ਉਦੋਂਪੁਰ ਗੋ ਦੌਰੋ ਲਾਇਓ ਤੇ ਦੇਵਿਕਾ ਘਾਟ ਪੁਰਾਣਾ ਮੰਦਰ ਵਰ ਹਾਜ਼ਰੀ ਦਿੱਤੀ ਤੇ ਯੂਟੀ ਦਾ ਅਮਨ ਔਰ ਖੁਸ਼ਹਾਲੀ ਵਾਸਤੇ ਦੁਆ ਕੀ ਡਾਕਟਰ ਜਤਿੰਦਰ ਸਿੰਘ ਨੇ ਦੇਵਿਕਾ ਦਰਿਆਵਰ ਨਦੀ ਉਤਸਵ ਪ੍ਰੋਗਰਾਮ ਗੋਬੀ ਦੋਰੋਲਾਇੋ ਤੇ ਦੇਵੀ ਕਾ ਆਰਤੀ ਮਹੀਂ ਸੋਲਿਓ ਵਜ਼ੀਰੀ ਮौसीਫ ਨੇ ਨਵੀਂ ਮਨਜ਼ੂਰਸ਼ੁਦਾ ਮੈਡੀਕਲ ਕਾਲਜ ਥਾਰ ਗੋਬੀ ਦੋਰੋਲਾਇੋ ਤੇ ਕਾਲਜ ਕਾ ਕਾਮ ਗਗੀ ਨਿਫਾਸਕਾਰੀ ਬਾਰੇ ਜਾਣਕਾਰੀ ਹਾਸਲ ਕੀਤੀ ਉਹਨਾਂ ਨੇ ਤਾਮੀਰ ਬਾਰੇ ਮੁਤਲਕਾ ਮਹਿਕਮਾ ਨਕਿਓ ਜਿਵੇਂ ਜੀਐਮਸੀ ਕੋ ਕਾਮ ਬਗੈਰ ਕਿਸੇ ਤਾਖੀਰ ਕੇ ਸ਼ੁਰੂ ਕਰੇ ਤਾਂ ਜੇ ਅਗਲਾ ਸਾਲ ਤੇ ਅੱਗੇ ਜਮਾਤ ਸ਼ੁਰੂ ਕੀ ਜਾ ਸਕੈ ਆਲਮੀ ਸਿਹਤ ਤਨਜ਼ੀਮ WHO ਨੇ ਕਿਹਾ ਜੇ ਤਕਰੀਬਨ ਹਰ ਤਰੇ ਤਿਆੜਾ ਮਾ ਓਮਿਕਰੋਨ ਕੋਰੋਨਾ ਵਾਇਰਸ ਵੇਰੀਐਂਟ ਦੁੱਗਣਾ ਹੋ ਰਿਹਾ ਹੈ ਅਕਵਾ ਮੇ ਮੁਤਹਿਦਾ ਹਗੀ ਸਿਹਤ ਬਾਰੇ ਏਜੰਸੀ ਨੇ ਕਿਹਾ ਜੇ ਇਸ ਗੱਲ ਦਾ ਸਬੂਤ ਮਿਲਿਆ ਹੈ ਜੇ ਓਮਿਕਰੋਨ ਵਾਇਰਸ ਇਸ ਤੇ ਪਹਿਲਾਂ ਆਇਆ ਡੈਲਟਾ ਵਾਇਰਸ ਦਾ ਮੁਕਾਬਲਾ ਮਾ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਦੱਸਿਓ ਗਿਆ ਜੀ ਇਸ ਵਿਲਾ ਤੋੜੀ ਓਮਿਕਰੋਨ ਦੀ ਸ਼ਨਾਖਤ 99 ਮੁਲਕਾਂ ਮਾ ਕੀਤੀ ਜਾ ਚੁੱਕੀ ਹੈ ਜੰਗਲਾਤਾਂ ਮਾਹੌਲਿਆਤ ਕਾ ਕਮਿਸ਼ਨਰ ਸੈਕਟਰੀ ਸੰਜੀਵ ਵਰਮਾ ਨੇ ਜੰਗਲਾਤ ਬਾਰੇ ਸਰਗਰਮੀਆਂ ਨਾਂ ਐਮਜੀ ਆਰਐਨਆਰ ਇਜੀਐਸ ਦਾ ਦਾਇਰਾ ਲਿਆਣ ਨਾਲੇ ਹਰ گاਉਂ ਹਰਿਆਲੀ ਸਕੀਮ ਨਾਕਾਮਯਾਬ ਬਨਾਨ ਗੀ ਖਾਤਰ ਇਲਾਕਾ ਮਾ ਸ਼ਜਰਕਾਰੀਕਰਨ ਦੀ ਜ਼ਰੂਰਤ ਉੱਰ ਜ਼ੋਰ ਪਾਇਓ। ਉਹਨਾਂ ਨੇ ਕਿਹਾ ਜੀ ਜੰਗਲਾਤ ਮੈਂ ਇਜ਼ਾਫਾ ਨਾਲ ਨਾ ਸਿਰਫ ਮਾਹੌਲਿਆਤੀ ਤوازن ਬਰਕਰਾਰ ਰੱਖਣ ਮੈਂ ਮਦਦ ਮਿਲੇਗੀ ਬਲਕਿ ਦੇਹੀ ਇਲਾਕਾ ਮਾ ਰੋਜ਼ਗਾਰ ਪੈਦਾ ਕਰਨ ਮੈਂ ਵੀ ਬੜੀ ਮਤੀ ਮਦਦ ਮਿਲੇਗੀ। ਉਹਨਾਂ ਨੇ ਪਾਣੀ ਦੀ ਦੁਬਾਰਾ ਪ੍ਰਾਈ ਹਾਲਾ ਟਾਂਚਾ ਤਿਆਰ ਕਰਨ ਦੀ ਜ਼ਰੂਰਤ ਉੱਰ ਜ਼ੋਰ ਪਾਇਓ। ਸਕਤੀ ਮوصੂਫ ਨੇ ਜੰਗਲਾਤ ਮੁਤਲਕ ਬਖ ਬਖ ਸਰਗਰਮੀ ਇਤਮਾਗ ਦਾ ਦਾਇਰਾ ਮਾਂ ਲੈਣ ਵਾਸਤੇ ਕਿ ਉਹ ਤਾਂ ਜੀ ਉਹਨਾਂ ਨਾਲ ਗ੍ਰਾਮ ਸਭਾ ਦੀ ਤਰਫੋਂ ਮਨਜ਼ੂਰ ਕੀ ਹੋ ਜਾ ਸਕੇ ਉਹਨਾਂ ਨੇ ਜਮ੍ਹਾਂ ਕਰਨ ਦਾ ਦਾਇਰਾ ਮਾਂ ਲਿਆ ਹੈ ਜਾਨ ਅਲੀ ਸਰਗਰਮੀਆਂ ਕੋ ਖਲਾਸੋ ਇੱਕ ਫੈਰਿਸਤਮ ਕੀ ਜਿਨ ਮਾਂ ਅਗ ਬਾਲਣ ਵਾਲੀ ਲੱਕੜੀ ਕੋ ਤਹਫੁਜ਼ ਤੇ ਕਾਬੂ ਤੇ ਕੁਝ ਹੋਰ ਸਰਗਰਮੀ ਵੀ ਸ਼ਾਮਲ ਥੀ ਬੀਜੇਪੀ ਦਾ ਲੀਡਰ ਤੇ ਸਾਬਕ ਕਾਨੂੰਨ ਸਾਜ ਜਨਾਬ ਦਵਿੰਦਰ ਸਿੰਘ ਰਾਣਾ ਨੇ ਜੰਮੂ ਸ਼ਹਿਰ ਤੇ ਇਸ ਗਰ ਨਜ਼ਦੀਕੀ ਇਲਾਕਾਂ ਵਿੱਚ ਬਿਜਲੀ ਦੀ ਸਪਲਾਈ ਬੰਦ ਹੋਣ ਵਰ ਫਿਕਰਮੰਦੀ ਕੋ ਇਜ਼ਾਰ ਕੀਓ ਤੇ ਇੰਤਜ਼ਾਮੀਆਂ ਨੇ ਅਪੀਲ ਕੀਤੀ ਜੇ ਖਾਸ ਕਰ ਇਨ ਸਰਦ ਤਿਆਰਾਂ ਦੇ ਦੌਰਾਨ ਬਿਜਲੀ ਸਪਲਾਈ ਬਹਾਲ ਕਰਨ ਦੀ ਖਾਤਰ ਇhtijaji ਮੁਲਾਜ਼ਮਾਂ ਨਾਲ ਗੱਲ ਕੀਤੀ ਜਾਏ ਔਰ ਉਹਨਾਂ ਦਾ ਮਸਾਇਲ ਹੱਲ ਕੀਤਾ ਜਾਏ ਆਪਣਾ ਇੱਕ ਬਿਆਨ ਮਾ ਉਹਨਾਂ ਨੇ ਕਿਹਾ ਜੇ ਤਮਾਮ ਮੁਤਲਕੀਨ ਜ਼ਿੰਮੇਵਾਰੀ ਨਾਲ ਕੰਮ ਕਰੇਗਾ ਤੇ ਕਬਲ ਜ਼ਿਕਰ ਹੈ ਜੇ ਬਿਜਲੀ ਸਪਲਾਈ ਬੰਦ ਹੋਣਗੇ ਵਜ੍ਹਾ ਨਾਲ ਇੰਟਰਨੈਟ ਖਿਦਮਤਾਂ ਵੀ متاثر ਹੋਈਆਂ ਇਸ ਕਨਾਲੀ ਗੋਜਰੀਮਾ ਖਬਰਾਂ ਕੋ ਯੂ ਬਲਟਿਨ ਖਤਮ ਹੋਊ